ਹਾਂਜੀ ਲਓ ਜੀ 72 ਕਿਲੋ ਦਾ ਸਾਹਮਣੇ ਮੁਕਾਬਲਾ ਹੈ ਇਸ ਵੇਲੇ ਦੋਨੇ ਟੀਮਾਂ ਦੇ ਵਿਚਕਾਰ ਸ਼ੁਰੂ ਹੋਣ ਜਾ ਰਿਹਾ ਹੈ ਅਸ਼ੀਰਵਾਦ ਦਿੱਤਾ ਜਾ ਰਿਹਾ ਸਰਦਾਰ ਅਮਨਦੀਪ ਸਿੰਘ ਫਰਵਾਲਾ ਜ਼ਿਲ੍ਹਾ ਪਰਿਸ਼ਦ ਮੈਂਬਰ ਇਸ ਵੇਲੇ ਮਾਨ ਸਨਮਾਨ ਉਦਘਾਟਨ ਦੀ ਰਸਮ ਜਿਹੜੀ ਹੈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਨਦੀਪ ਸਿੰਘ ਜੀ ਫਰਵਾਲਾ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਦੋਨੇ ਟੀਮਾਂ ਨੂੰ ਆਸ਼ੀਰਵਾਦ ਦੇਣ ਤੋਂ ਬਾਅਦ ਇਹ ਫਾਈਨਲ ਮੁਕਾਬਲਾ ਸ਼ੁਰੂ ਹੋ ਜਾਵੇਗਾ ਇਹ ਨਹੀਂ ਕਿਹਾ ਵੀ ਦੋ ਹੀ ਲਾ ਦਿਓ ਕਹਿੰਦੇ ਇਹ ਨਾ ਲਾਇਓ ਹਾਂਜੀ ਬਈ ਤਾੜੀਆਂ ਮਾਰ ਦਿਓ ਨੌਜਵਾਨੋ ਸਾਡੇ ਸਰਦਾਰ ਅਮਨਦੀਪ ਸਿੰਘ ਜੀ ਫਰਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹਨਾਂ ਦੇ ਵੱਲੋਂ ਇਹ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਤੇ ਨਾਲ ਹੀ ਵੱਡਾ ਮਾਨ ਸਨਮਾਨ ਸਾਰੀ ਪ੍ਰਬੰਧਕ ਕਮੇਟੀ ਨੂੰ ਦਿੱਤਾ ਜਾ ਰਿਹਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਫਾਈਨਲ ਮੈਚ ਇੱਕ ਪਾਸੇ ਦਬਾ ਬਸਾਊ ਕਬੱਡੀ ਕਲੱਬ ਥਾਬਲਕੇ ਅਤੇ ਦੂਸਰੇ ਪਾਸੇ ਬਿੱਟੂ ਫਰਵਾਲਾ ਕਬੱਡੀ ਕਲੱਬ ਦੋਨੇ ਟੀਮਾਂ ਦੇ ਵਿਚਕਾਰ ਬਹੁਤ ਹੀ ਸ਼ਾਨਦਾਰ ਇਹ ਫਾਈਨਲ ਮੈਚ ਬੈਸਟ ਲੀਡਰ ਦੀ ਜਾਤੀ ਨੂੰ ਐਲਈਡੀਆਂ ਦੇ ਨਾਲ ਮਾਨ ਸਨਮਾਨ ਦਿੱਤਾ ਜਾਵੇਗਾ ਸੋ ਆਜੋ ਜੀ ਇੱਥੇ ਪਰੋ ਆਜੋ ਜੀ ਇੱਧਰ ਆਓ ਹਾਂਜੀ ਆਜੋ ਜੀ ਯਾਦਗਾਰ ਤਸਵੀਰ ਜਿਹੜੀ ਖਿੱਚੀ ਜਾਊਗੀ ਆਜੋ ਦੋਨੇ ਟੀਮਾਂ ਦੇ ਖਿਡਾਰੀ ਵੀਰੇ ਹਾਂਜੀ ਬਹੁਤ ਬਹੁਤ ਧੰਨਵਾਦ ਸਰਦਾਰ ਇਕਬਾਲ ਸਿੰਘ ਜੀ ਜਗਬਾਣੀ ਤੋਂ ਪ੍ਰਸਿੱਧ ਪੱਤਰਕਾਰ ਨਾਲ ਸਾਡੇ ਮਾਲਵਾ ਟੀਵੀ ਵਾਲੇ ਵੀਰ ਇਸ ਵੇਲੇ ਯਾਦਗਾਰੀ ਤਸਵੀਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਬਲਿਹਾਰ ਸਿੰਘ ਜੀ ਬਾਲਾ ਪ੍ਰਧਾਨ ਸਾਹਿਬ ਬਾਬਾ ਬਸਾਊ ਵੈਲਫੇਅਰ ਕਲੱਬ ਸੁਸਾਇਟੀ ਫਰਵਾਲਾ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਜੀ ਹੈਪੀ ਜਨਰਲ ਸੈਕਟਰੀ ਹੈਡ ਮਾਸਟਰ ਮੰਗਤ ਰਾਮ ਜੀ ਜਨਰਲ ਸਕੱਤਰ ਕੈਸ਼ੀਅਰ ਸਾਡੇ ਰਕੇਸ਼ ਕੁਮਾਰ ਬਾਬੂ ਜੀ ਮੈਂਬਰ ਸਾਡੇ ਮਾਸਟਰ ਅਮਰੀਕ ਸਿੰਘ ਜੀ ਕੰਦੋਲਾ ਖੁਰਦ ਸੋਹਣ ਲਾਲ ਜੀ ਬਲਦੀਪ ਸਿੰਘ ਸਾਡਾ ਵੀਰ ਗੁਰਪ੍ਰੀਤ ਸਿੰਘ ਜੀ ਜੀ ਪੀ ਅਮਨ ਜੋਸ਼ੀ ਪ੍ਰਭਜੀਤ ਸਿੰਘ ਜਸਪ੍ਰੀਤ ਸਿੰਘ ਸਾਡੇ ਬਹੁਤ ਸਤਿਕਾਰਯੋਗ ਬਲਿਹਾਰ ਸਿੰਘ ਜੀ ਅਮਰੀਕ ਸਿੰਘ ਬਲਦੇਵ ਸਿੰਘ ਜੀ ਬਿੱਲੂ ਮਨਵੀਰ ਸਿੰਘ ਜੀ ਮੰਗਾ ਇਹਨਾਂ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਹਾਂਜੀ ਸਾਡੇ ਹਰਜੋਤ ਸਿੰਘ ਜੀ ਪੰਚ ਟਾਈਮ ਦੇ ਦੋ
ਸਾਊ ਕਬੱਡੀ ਕਲੱਬ ਥਾਬਲਕੇ, ਯਾਨੀ ਕਿ ਪਿੰਡ ਵਾਲੇ ਪਾਸੇ ਥਾਬਲਕੇ ਦੀ ਟੀਮ ਹੈ ਤੇ ਖੇਤਾਂ ਵਾਲੇ ਪਾਸੇ ਟੀਮ ਜਿਹੜੀ ਆ ਬਿੱਟੂ ਕਬੱਡੀ ਕਲੱਬ ਫਰਵਾਲਾ। ਤੇ ਬਸ ਜੀ ਇਸ ਤੋਂ ਬਾਅਦ ਆਪਾਂ ਓਪਨ ਕਲੱਬ ਹਾਂਜੀ ਪ੍ਰਧਾਨ ਬਲਿਆਰ ਸਿੰਘ ਜੀ ਲਾਈਟਾਂ ਬੰਦ ਕਰ ਦਿਓ ਬਈ ਆਪਾਂ ਲੋੜ ਵੇਲੇ ਲਾਈਟਾਂ ਜਿਹੜੀਆਂ ਚਾਹੀਦੀਆਂ ਲੋੜ ਵੇਲੇ 15 to 10 ਆ ਯਾਰ ਲਓ ਸਾਹਮਣੇ ਪਹਿਲੀ ਕਬੱਡੀ ਐਲ ਅੰਮੜ ਮੇਰੇ ਵੀਰੋ ਦੂਜੇ ਪਾਸੇ ਬੜੇ ਪੰਡਿਤ ਕਰਤੂ ਦਾ ਗੁੱਗੂ ਹਾਂਜੀ ਪਾਣੀ ਵਾਲਾ ਪਾਣੀ ਲਈ ਇੱਕ ਭੇਜਿਓ ਡੱਬਾ ਹੈਪੀ ਬਾਜੀ ਕੱਪ ਭੇਜੋ ਪਾਣੀ ਹੈਗਾ 15 to 10 ਦਾ ਟਾਈਮ ਆ ਵੀ ਨੋਟ ਕਰ ਲਓ ਲਓ ਦੂਸਰੀ ਕਬੱਡੀ ਢੋਲਕੀ ਕਾਲੀ ਸੰਜੋਆਂ ਦਾ ਇੱਕ ਪਾਸੇ ਗੁਰਵਿੰਦਰ ਹੈ ਮਾੜੀ ਨਾਲ ਕਹਿੰਦੇ ਸਿੱਪੀ ਹੈ ਕੋਟ ਕਲਾਂ ਵਾਲਾ ਨਾਲ ਹੀ ਕਹਿੰਦੇ ਕਾਲੇ ਸੰਜਿਆ ਵਾਲਾ ਤੇ ਆਹ ਵੇਖੋ ਸਾਹਮਣੇ ਇਸ ਵੇਲੇ ਪ੍ਰਦੀਪ ਕਾਰੀ ਪਿੰਡ ਜਿਹੜਾ ਹੁਸ਼ਿਆਰਪੁਰ ਦੂਜੇ ਪਾਸੇ ਜਿਹੜਾ ਕਪੂਰਥਲਾ ਉਹ ਹੈ ਢੋਲਕੀ ਮੇਰੇ ਵੀਰੋ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਇੱਕ ਪਾਸੇ ਸਾਬਾ ਸੰਧੂ ਕੋਠੇਵਾ ਪ੍ਰਭ ਜੋਤ ਜਹਾਜ਼ ਸੋਨੀ ਬੜਾਲੀ ਕਹਿੰਦੇ ਟੀਮ ਨੂੰ ਰਨ ਕਰਦੇ ਆ ਜੀਤਾ ਸਿਰਾ ਵੀਰ ਪੁੱਜਾ ਹੋਇਆ ਗੁਲੀ ਉੱਧਰ ਬਿੱਟੂ ਭਾਈ ਸਾਰਾ ਧੰਨਵਾਦ ਤੇ ਲਓ ਕਾਕੂ ਦੀ ਫਿਰ ਅਗਲੀ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਸਿੰਘ ਫਸਲੇ ਕੁੰਡੀਆਂ ਦੇ ਹਮ ਮੈਚ ਕਬੱਡੀ ਦਾ ਅੱਜ ਹੋਣਾ ਪਿੰਡ ਚਮਕਣ ਮੁੰਡਿਆਂ ਦੇ ਹਰ ਸੱਪ ਨੇ ਹਿੱਕ ਦਾ ਜ਼ੋਰ ਲਗਾਉਣਾ ਵਾਹ ਨੌਜਵਾਨਾਂ ਇਹ ਹੈ ਸੀਚੇਵਾਲ ਦੀ ਧਰਤੀ ਦਾ ਕਹਿੰਦੇ ਬਈ ਬਿੰਦੂ ਨਾਮ ਨੌਜਵਾਨ ਦਾ ਵਾਹਿਗੁਰੂ ਵੱਡਾ ਕਹਿੰਦੇ ਬਈ ਵੀਰ ਕਬੱਡੀ ਦਾ ਸੁਪਰ ਹੈ ਤੇ ਆਹ ਨੌਜਵਾਨ ਕਹਿੰਦੇ ਬਈ ਕਿਹੜੀ ਸਤਾਰਾਂ ਦੇ ਵਿੱਚ ਨਾਮ ਲਿਖਵਾ ਚੁੱਕਾ ਤੂੰ ਬਹੁਤ ਤਕੜਾ ਜੱਫਾ ਲਾ ਕੇ ਨੰਬਰ ਜੁੜਦਾ ਆ ਕਾਲੇ ਪਾ ਕੱਪ ਲੈ ਕੇ ਆਇਆ ਪਾਣੀ ਵਾਲਾ ਭੱਜ ਗਈ ਪਹਿਲਾਂ ਨਹੀਂ ਇੱਕ ਹੋਰ ਚਾਹੀਦਾ ਇੱਕ ਇੱਧਰ ਇੱਕ ਉੱਧਰ ਕਹਿੰਦੇ ਉਦੋਂ ਉੱਧਰ ਰਹਿ ਜਾਂਦੇ ਬਹੁਤ ਔਖਾ ਹੋ ਜਾਂਦਾ ਉਧਰ ਉਹ ਪਾਸੇ ਮੈਂ ਦੇਖਦਾ ਬਈ ਬਾਪੂ ਕਹਿੰਦੇ ਸੈਤੋਵਾਲ ਦੀ ਧਰਤੀ ਦਾ ਇੱਕ ਸੈਤੋਵਾਲ ਸਾਡੇ ਗੁਆਂਢ ਲੱਗਣਾ ਹੈ ਇੱਕ ਕਹਿੰਦੇ ਵੀ ਜਿਹੜਾ ਕਪੂਰ ਸਿੰਘ ਦਾ ਇਹ ਬੱਬੂ ਸੀ ਮੁੰਡਾ ਜਿਹਨੇ ਨੰਬਰ ਲਿਆ ਆਪਣੀ ਟੀਮ ਦੇ ਲਈ ਤੇ ਉਧਰ ਕਾਲੇ ਸੰਘਿਆ ਵਾਲਾ ਕਹਿੰਦੇ ਬਈ ਕੋਸ਼ਿਸ਼ ਕਰ ਰਹੇ ਸੀ ਕਾਮਯਾਬ ਨਹੀਂ ਹੋਇਆ ਤੇ ਅਗਲੀ ਕਬੱਡੀ ਪਾਉਣ ਦੇ ਲਈ ਮੈਂ ਵੇਖਦਾ ਵੀ ਖੇਡ ਮੈਦਾਨ ਦੇ ਵਿੱਚ ਵਾਹ ਬਿੰਦੂ ਉਹ ਦੂਜੇ ਪਾਸੇ ਸੀਚੇਵਾਲ ਸੰਤ ਬਲਵੀਰ ਸਿੰਘ ਵੀ ਉਪਾਰ ਕਿਰਪਾ ਗਬਰੂ ਤੇ ਵਾਹ ਕਾਲਿਆ ਆਹ ਵੇਖੋ ਕਾਲਾ ਆ ਗਿਆ ਸਾਡਾ ਮੌਸਾ ਵਾਲਾ ਬੱਲੇ ਬੱਲੇ ਕਰਾ ਤੀ ਕਹਿੰਦੇ ਵੀ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਹੁਣ ਖੇਡ ਮੈਦਾਨ ਦੇ ਵਿੱਚ ਮੁਕਾਬਲੇ ਪੱਟੂਗਾ ਤੇ ਇਧਰਲੇ ਪਾਸੇ ਸ਼ੇਰੂਆ ਬੱਦੋਵਾਲ ਦੀ ਧਰਤੀ ਦਾ ਆ ਜੱਫਾ ਕਹਿਣਾ ਵੀ ਬਾਓ ਹਾਂ ਠੀਕ ਹੈ ਸੀਚੇਵਾਲੀ ਬਿੰਦੂ ਨੇ ਦੋ ਜੱਫੇ ਲੱਗ ਗਿਆ ਮੇਰੇ ਵੀਰੋ ਟੱਚ ਵੀ ਜਿਹੜੇ ਕਮੇਟੀਆਂ ਵੀ ਜਿਹੜੀਆਂ ਗੁਰਵਿੰਦਰ ਮਾੜੂ ਉਧਰ ਬੱਦੋਵਾਲੀ ਆ ਸ਼ੇਰੂ ਆਹ ਮਾੜੂ ਵੀ ਬਾਬਰ ਸ਼ੇਰ ਬਣ ਗਿਆ ਹੁਣੀ ਕਹਿੰਦਾ 1100 ਜੇ ਦੋ ਜੱਫੇ ਲਾ ਦਿੱਤੇ ਇਸ ਗੁਰਵਿੰਦਰ ਮਾੜੂ ਨੇ ਪੁਆਇੰਟ ਇਸ ਵੇਲੇ ਫਵਾਲਾ ਕਬੱਡੀ ਕਲੱਬ ਪਿੱਟੂ ਦੇ ਚੱਲ ਨੌਜਵਾਨ ਅਗਲੀ ਕਬੱਡੀ ਜਿਹੜੀ ਹੈ ਖੇਡ ਮੈਦਾਨ ਦੇ ਵਿੱਚ ਵੇਖਦੇ ਆ ਵੀ ਫਿਰ ਲੰਬੜ ਇੱਕ ਪਾਸੇ ਕਾਂਤਾ ਹੈ ਪਾਫਲੇ ਦੀ ਧਰਤੀ ਦਾ ਮੇਰੇ ਵੀਰੋ ਕੇਵਲ ਪਾਫਲੇ ਦਾ ਵਾਰਸ ਹੈ ਇੱਕ ਪਾਸੇ ਬਿੰਦੂ ਹੈ ਸਿੰਚੇਵਾਲ ਦੀ ਧਰਤੀ ਵਾਲਾ ਤੇ ਨਾਲ ਕਹਿੰਦੇ ਬੜੇ ਪਿੰਡ ਦਾ ਗੁੱਗੂ ਤੇ ਨਾਲ ਬਡਾਲਾ ਮੰਡਕੀ ਦਾ ਸੰਦੀਪ ਜਿਹਨੂੰ ਬੁਲਾਇਆ ਪਿਆ ਕਹਿੰਦੇ ਬਿੰਦੂ ਵਾਹ ਬਿੰਦੂ ਬੱਲੇ ਬੱਲੇ ਕਰਾ ਦਿੱਤੀ ਅੱਜ ਤੀਸਰਾ ਜੱਫਾ ਠੋਕ ਦਿੱਤਾ ਲਗਭਗ ਕਿ ਵਾਧੂ ਜ਼ੋਰ ਲਾਉਣਾ ਛੱਡ ਦੇ ਪੁਆਇੰਟ ਹੋ ਗਿਆ ਬਿੰਦੂ ਸਿੰਚੇਵਾਲ ਦਾ ਕਿ ਦਿਲ ਚ ਭੁਲੇਖਾ ਕੱਢ ਦੇ ਲਓ ਪੁਆਇੰਟ ਜਿਹੜਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਬਾਬਾ ਬਸਾਊ ਕਬੱਡੀ ਕਲੱਬ ਥਾਬਲਕੇ ਉਧਰ ਸਤਲੀਰ ਲਓ ਥਾਬਲਕੇ ਦੀ ਧਰਤੀ ਦਾ ਲੱਕੀ ਵੱਡਾ ਵੀਰ ਕਹਿੰਦੇ ਬਿਹਤਰੀਨ ਜਾਫੀ ਆ ਕਬੱਡੀ ਦੇ ਖੇਤਰ ਦੇ ਵਿੱਚ ਤੇ ਆਹ ਸਤਵੀਰ ਸਿੰਘ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਸਾਹਮਣੇ ਚਾਰ ਖਿਡਾਰੀਆਂ ਦੇ ਵਿੱਚੋਂ ਸਿੱਪੀ ਕੋਟ ਕਲਾਂ ਵਾਲਾ ਕਦੀ ਸੱਜੇ ਕਦੀ ਖੱਬੇ ਹਰ ਜਾ ਪਾਸੇ ਮੁਕਾਬਲਾ ਸਖਤ ਹੰਧਿਆਂ ਦੇ ਕੋਲ ਡੀ ਦੇ ਉੱਤੇ ਦੌੜ ਤੇ ਹੱਥਾਂ ਦੇ ਵਿੱਚੋਂ ਨਿਕਲਦਾ ਹੋਇਆ ਇਸ ਵੇਲੇ ਸਤਵੀਰ ਥਾਬਲਕੇ ਪਿੰਡ ਕਹਿੰਦੇ ਬੂਟਾ ਸਿੰਘ ਥਾਬਲਕੇ ਵਾਲਾ ਪ੍ਰਸਿੱਧ ਖੇਡ ਪ੍ਰਮੋਟਰ ਰਹਿਣ ਕੋਲ ਕਬੱਡੀ ਕਲੱਬ ਨੂੰ ਰਨ ਕਰਦਾ ਤੇ ਅਗਲੀ ਕਬੱਡੀ ਪਾਉਣ ਦੇ ਧਾਤੂ ਵਧਿਆ ਹੋਇਆ ਲਾ ਜੀ ਸਾਡੇ ਲਾਲ ਚੰਦ ਜੀ
ਪਾਣੀ ਦੀ ਸੇਵਾ ਕਰਦੇ ਆ ਫਰਵਾਲੇ ਵਾਲੇ ਉਧਰ ਪੰਮਾ ਵੀ ਦੁੱਧ ਦੀ ਸੇਵਾ ਕਰ ਰਿਹਾ ਹੈ ਸਾਡੀ ਅਮਰੀਕ ਸਿੰਘ ਦੀ ਮਾਤੂ ਹੋਣਾ ਵੱਲੋਂ ਕਹਿੰਦੇ ਵੀ ਅਮਰੀਕ ਸਿੰਘ ਦੀ ਕੰਦੋਲਾ ਖੁਰਦ ਉਹਨਾਂ ਦੇ ਵੱਲੋਂ ਲੰਗਰ ਦੁੱਧ ਦਾ ਲਗਾਇਆ ਜਾ ਰਿਹਾ ਲਾਇਆ ਹੋਇਆ ਧੰਨਵਾਦ ਤੇ ਇਹਦੇ ਲਈ ਪਾਸੇ ਕਾਕੂ ਆਪਣੇ ਟੀਮ ਦੇ ਨੰਬਰ ਜੋੜਦਾ ਹੋਇਆ ਅਗਲੀ ਕਬੱਡੀ ਸਾਹਮਣੇ ਢੋਲਕੀ ਕਾਲੇ ਸੰਘਿਆ ਵਾਲਾ ਲੈ ਵੀ ਮਾੜੂ ਉਹ ਪੱਲੇ ਮਾੜੂ ਵਾਹ ਮਾੜੂ ਅੱਠੋ ਸ਼ੇਰਾ ਦੂਜੇ ਪਾਸੇ ਢੋਲਕੀ ਆਹ ਦੰਦਾ ਡੋਜਾ ਇਸ ਵੇਲੇ ਭਾਣੀ ਵਾਲੇ ਸੁੱਕੇ ਵਾਂਗ ਖੁਰਦਪੁਰੀਏ ਭੱਜੀ ਵਾਂਗ ਸਵਰਨੇ ਬੈਲੀ ਵਾਂਗ ਤੇ ਹੰਦਿਆਂ ਦੇ ਵਿੱਚੋਂ ਪਾਰ ਕਰਦਾ ਹੋਇਆ ਨੌਜਵਾਨ ਇੱਕ ਨੰਬਰ ਦਾ ਹੋਰ ਵਾਅਦਾ ਕਰ ਦਿੱਤਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਥਾਬਲਕੇ ਦੀ ਟੀਮ ਦੇ ਲਾਈ ਅਗਲੀ ਕਬੱਡੀ ਰਣੀਆਂ ਨੌਜਵਾਨ ਰਣੀਆਂ ਤੁੱਗਾ ਪਿੰਡ ਹੈ ਕਹਿੰਦੇ ਵੀ ਉਸ ਨੌਜਵਾਨ ਦਾ ਲਓ ਪਿੰਡੂ ਫਿਰ ਅੱਗੇ ਨੂੰ ਵਧਿਆ ਹੋਇਆ ਵਾ ਬਾਗਾ ਛੱਡ ਦੇ ਹੰਝੂਆਂ ਵਾਲੀਏ ਪੈਰ ਧਰਨ ਦੇ ਮੈਨੂੰ ਰਕਾਬ ਤੋਂ ਬਾਗਾ ਛੱਡ ਦੇ ਹੰਝੂਆਂ ਵਾਲੀਏ ਵਾਹ ਗੱਭਰੂਆ ਸਵਾਦ ਕਰ ਦਿੱਤਾ ਇੱਕ ਜੋੜ ਦੇ ਨਾਲ ਛਾਤੇ ਵਿੱਚ ਦਮ ਹੋਵੇ ਲੋਕੀ ਕਾਂਪ ਉੱਠਦੇ ਸਰਨਾਮਾ ਹਰਜੀਤ ਬਰਾੜ ਜਹੇ ਦੇ ਪੁੱਤ ਜੰਮਦੀ ਆ ਮਾਮਾ ਲਾਓ ਸਾਹਮਣੇ ਮੈਂ ਦੇਖਦਾ ਵੀ ਅਗਲੀ ਕਬੱਡੀ ਬੱਬੂ ਸੋਦੋਵਾਲ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਗੁਰਵਿੰਦਰ ਸਿੰਘ ਮਾੜੂ ਨਾਲ ਕਹਿੰਦੇ ਵੀ ਸ਼ੇਰਾ ਕਾਲੇ ਸਿੰਘਾਂ ਦਾ ਉਰਲੀ ਕਰੀ ਤੇ ਪ੍ਰਦੀਪ ਹੈ ਕਾਰੀ ਬਣਦਾ ਲਓ ਕਾਰੀ ਵਾਲੇ ਪ੍ਰਦੀਪ ਦੇ ਨਾਲ ਹੋਇਆ ਮੁਕਾਬਲਾ ਹਾਂ ਕੈਂਚੀ ਪਾਲੇ ਉੜਤੀ ਦੇ ਸੋਣ ਵਾਂਗ ਗੋਗੋ ਵਾਂਗ ਚੁੰਬੜ ਗਿਆ ਇਸ ਬੱਲੇ ਤੇ ਅੰਕ ਜਿਹੜਾ ਜੋੜ ਦਿੱਤਾ ਖੇਡ ਮੈਦਾਨ ਦੇ ਵਿੱਚ ਗੁੱਟੋ ਗੁੱਟੀ ਕਲੱਬ ਫਰਵਾਲੇ ਦੇ ਵਾਸਤੇ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੈਂ ਵੇਖਦਾ ਵੀ ਲੰਬੜ ਫਿਰ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਨੌਜਵਾਨ ਦਾ ਇਸ ਵੇਲੇ ਆਪਾਂ ਵੇਖਦੇ ਹਾਂ ਇੱਕ ਪਾਸੇ ਸੰਦੀਪ ਲੈਪਿਆ ਕਾਂਤਾ ਲਓ ਬੜੇ ਵਧੀਆ ਗੋਗੂ ਕੋਸ਼ਿਸ਼ ਕਰਦਾ ਹੋਇਆ ਡੱਕਣ ਦੀ ਕਦੀ ਸੱਜੇ ਕਦੀ ਖੱਬੇ 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 ਤੇ ਆ ਇਹ ਲੰਬੜ 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 ਤੇ ਆ ਗੋਗੂ ਬੜੇ ਪਿੰਡ ਵਾਲਾ ਵਾਹ ਗੋਗੂ ਸਾਹਿਬ ਇਹ ਆ ਅਮਰੀਕ ਖਾਰਾ ਤੇ ਸਾਡੇ ਦਾ ਪਿਆਰ ਕੀਤਾ ਹੋਇਆ ਸਰ ਉਹਨਾਂ ਵੱਲੋਂ ਸਪਾਂਸਰ ਕੀਤਾ ਹੋਇਆ ਇਹ ਖਿਡਾਰੀ ਅਮਰੀਕ ਖਾਰਾ ਕੈਨੇਡਾ ਸਾਬੀ ਕੈਨੇਡਾ ਵੱਡਾ ਕਬੱਡੀ ਕੱਪ ਕਰਾਉਂਦੇ ਨੇ ਪ੍ਰਸਿੱਧ ਖੇਡ ਪ੍ਰਮੋਟਰ ਹੈ ਤੇ ਉਹਦੇ ਪਾਸੇ ਮਾੜੂ ਫਿਰ ਬਦੋਵਾਲੀਏ ਸ਼ੇਰੂ ਦਾ ਮੁਕਾਬਲਾ ਬਦੋਵਾਲੀਆ ਭਾਈਦਾ ਹੋਇਆ ਮਾੜੂ ਵੀ ਬੜਾ ਤੇਜ਼ ਪਰ ਕਾਮਯਾਬ ਨਹੀਂ ਹੋਇਆ ਕਿ ਭਜਲਾ ਮੋਰਨੀਏ ਤੇਰੇ ਮਗਰ ਬੰਦੂਕਾਂ ਵਾਲੇ ਬੜੀ ਭਾਗ ਮੁੰਡੇ ਦੀ ਅੰਤ ਜੋੜ ਦਿੱਤਾ ਐਸ ਵੇਲੇ ਸੋਨੀ ਗਣਵੀਰ ਮਢਾਲੀ ਪ੍ਰਭ ਜੋ ਜਹਾਜ ਸਭਾੜਾ ਵੀ ਸੰਧੂ ਜੱਟੇ ਵਾਲਾ ਉਧਰ ਗੁੱਗੂ ਢਿਲਵਾੜਾ ਵਾਲਾ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਸਾਹਮਣੇ ਢਾਕੂ ਦੀ ਪਾਈ ਹੋਈ ਵੱਡੀ ਹੈ ਚਾਰ ਆ ਦੋ ਨੰਬਰ ਤੋਂ ਬਰਾਤੀਆ ਸੰਦੀਪ ਪੁਆਇੰਟ ਇਸ ਵੇਲੇ ਢਾਕੂ ਨੌਜਵਾਨ ਦੇ ਹਿੱਸੇ ਹੈ ਉੱਪਰ ਆਈਆਂ ਟੀਮਾਂ ਵੀ ਬੋਲੋ ਜੀ ਨਾਲ ਜੀ ਪਹਿਲਾ ਮੈਚ ਤੁਸੀਂ ਫਿਰੋਜ਼ਪੁਰ ਬੋਲੋ ਜੀ ਬਾਈ ਐਫ ਸੀ ਰੁੜਕਾ ਪ੍ਰਦੀਪ ਨਾਮ ਇਹਦਾ ਇਸ ਵੇਲੇ ਹੱਥਾਂ ਦੇ ਵਿੱਚੋਂ ਤਿਲਕਦਾ ਜਾ ਰਿਹਾ ਸਤਵੀਰ ਸਿੰਘ ਥਾਬਲਕੇ ਵਾਲਾ ਵਾਹ ਸਤਵੀਰ ਸਿੰਘ ਬਾਜਵਾਨ ਖੋਡਿਆਂ ਵਾਲਾ ਹਨੀ ਇਸ ਵੇਲੇ ਕਬੱਡੀ ਪਾ ਰਿਹਾ ਬਾਜਵਾਨ ਮਠਾਡਿਆਂ ਵਾਲਾ ਕਹਿੰਦੇ ਮਾਨੀ ਮਠਾਡਿਆਂ ਪ੍ਰਸਿੱਧ ਖੇਡ ਪ੍ਰਮੋਟਰ ਉਹਨਾਂ ਵੱਲੋਂ ਇਹ ਤਿਆਰ ਕੀਤਾ ਹੋਇਆ ਪੱਠਾ ਤੇ ਹੰਝਾ ਦੇ ਕੋਲ ਛਪੰਜਾ ਕਸ ਲਿਆ ਟਾਈਮ ਹੋ ਗਿਆ ਵਾਹ ਨੌਜਵਾਨਾਂ ਕਿ ਮਾਪਿਆਂ ਨੇ ਰੱਖੀ ਲਾਡਲੀ ਅੱਗੇ ਸੱਸ ਵਜੇ ਆੜੀ ਟੱਕਰੀ ਐਨ ਹੰਡਿਆਂ ਤੇ ਆਣ ਕੇ ਕਹਿੰਦੇ ਵੀ ਨੋੜ ਕੇ ਪਟਾਰੀ ਵਿੱਚ ਪਾ ਲਿਆ ਨੌਜਵਾਨ ਨੇ ਬੜੇ ਬੜੀਆ ਗੁੱਗੂ ਅਮਰੀਕ ਖਾਰਾ ਤੇ ਸਾਫੀ ਕਹਿੰਦਾ ਵੀ ਮਾਲਕ ਨੇ ਮਿਹਰ ਕੀਤੀ ਗੁੱਗੂ ਕੈਨੇਡਾ ਖੇਡੇਗਾ ਐਸੇ ਸਾਲ ਜਦੋਂ 2018 ਦਾ ਸੀਜ਼ਨ ਸ਼ੁਰੂ ਹੋਵੇਗਾ ਪਰ ਉਧਰ ਸਾਹਮਣੇ ਵੇਖਦੇ ਵੀ ਖੇਡ ਮੈਦਾਨ ਦੇ ਵਿੱਚ ਬੱਬੂ ਹੈ ਸੋਰੀ ਢੋਲਕੀ ਹੈ ਨੌਜਵਾਨ ਕਾਲੇ ਸੱਜਿਆ ਵਾਲਾ ਸੁੱਪੀ ਹੈ ਤੋੜ ਕਲਾਂ ਦੀ ਧਰਤੀ ਦਾ ਲਓ ਬੜਾ ਸਖਤ ਮੁਕਾਬਲਾ ਤੇਜ਼ ਮੁਕਾਬਲਾ ਹੋ ਚੁੱਕਿਆ ਤੇ ਹੁਣ ਦੇਖਦੇ ਹਾਂ ਇਸ ਵੇਲੇ ਲਓ ਢੋਲਕੀ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਹੋਰ ਵਾਅਦਾ ਕਰਦਾ ਹੋਇਆ ਉਧਰ ਅੰਬਾ ਸਾਡਾ ਵੀਰ
ਬੱਲਾ ਵਾਲਾ ਉਹ ਵੀ ਬੁੱਢਾ ਹੋਇਆ ਉਹ ਵੀ ਜਿਹੜੇ ਪਛਾਣ ਦੇ ਜਿਹੜੇ ਦੱਸਣ ਆਇਆ ਵੀ ਦੀਪੇ ਵਰਗੇ ਸੋਨੂ ਵਰਗੇ ਤਕੜੇ ਖਿਡਾਰੀ ਹੈ ਜਿਹੜੇ ਆਪੋ ਆਪਣੇ ਫਲ ਦੇ ਮਾਰ ਲਾਓ ਦੀਪੂ ਸਿੰਚਵਾਰ ਦੀ ਧਰਤੀ ਸੜ ਕੇ ਭਰੇ ਭਾਗਾ ਛੱਡਦੇ ਹੰਝੂਆਂ ਵਾਲੀਏ ਪੈਰ ਧਰਨ ਦੇ ਮੈਨੂੰ ਰਕਾਬ ਉੱਤੇ ਵਾਹ ਗੱਭਰੂ ਇਹ ਹੈ ਦੀਪੂ ਸਿੰਚਵਾਰ ਕਹਿੰਦੇ ਵਾਹਿਗੁਰੂ ਤੀਰਥ ਅਜੇ ਉਸੇ ਨਗਰ ਦੇ ਕਹਿੰਦੇ ਤਕੜੇ ਖਿਡਾਰੀ ਹੈ ਸਿੱਚੇਵਾਲ ਮਨਜਿੰਦਰ ਕਹਿੰਦੇ ਵੀ ਬੜਾ ਤਕੜਾ ਖੇਡਿਆ ਕੈਨੇਡਾ ਦੇ ਵਿੱਚ ਕੈਨੇਡਾ ਦੀਆਂ ਗਰਾਉਂਡਾਂ ਦੇ ਵਿੱਚ ਧੰਨ ਧੰਨ ਹੋ ਗਈ ਚਿੱਟੀ ਵਾਲੀ ਇੱਥੇ ਕਿਹੜੇ ਬੱਲੇ ਬੱਲੇ ਪਾਈ ਤੇ ਕਹਿੰਦੇ ਵੀ ਇਹ ਮੰਗੀ ਦੀ ਵੱਡੀ ਡੇੜ ਹੈ ਕਬੱਡੀ ਨੂੰ ਨੰਗਲ ਅੰਬੀਆ ਸੰਦੀਪ ਜਲਾਲਪੁਰੀਆ ਪਾਲਾ ਪਰ ਵਾਹ ਜੀ ਵਾਹ ਇੱਧਰ ਬੱਬੂ ਵਾਹ ਬੱਬੂ ਸਿਆ ਇਹ ਹੈ ਬੱਬੂ ਸੈਦੋ ਵਾਲੀ ਲਾ ਜੀ ਲੱਗੀ ਥਾਬਲਕੇ ਵੱਲੋਂ 100 ਰੁਪਇਆ ਸਤਵੀਰ ਦੇ ਲਈ ਤੇ 100 ਰੁਪਇਆ ਪਿੰਦੂ ਦੇ ਲਈ ਜਾ ਜੇ ਆ ਤੂੰ ਬੋਲ 100 ਰੁਪਇਆ ਤੇਰਾ 100 ਰੁਪਇਆ ਪਿੰਦੂ ਦਾ ਆ ਪਿੰਦੂ ਮੁੰਡਾ ਇੰਨਾ ਜੱਫੇ ਲਾ ਰਿਹਾ ਇਹ ਥਾਬਲਕੇ ਵਾਲਾ ਲੱਗੀ ਲੱਗੀ ਜੌਲ ਬੂਟਾ ਜੌਲ ਲੱਕੀ ਜੌਲ ਸਤਵੀਰ ਜੌਲ ਬੂਟਾ ਸਿੰਘ ਥਾਬਲਕੇ ਵਾਲਾ ਬੜਾ ਪਿਆਰ ਹੈ ਰਨ ਕਵਰ ਦੀ ਟੀਮ ਦੇ ਲਈ ਜਿਹਦੇ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਨ ਕਰ ਰਿਹਾ ਬਹੁਤ ਬਹੁਤ ਧੰਨਵਾਦ ਅਪੁਆਇੰਟਮੈਂਟ ਸਾਹਿਬ ਜੀ ਲਾ ਜੀ ਕੁਝ ਅੰਕਾਂ ਦਾ ਫਰਕ ਹੈ ਪੁਆਇੰਟਾਂ ਤੋਂ ਬਾਹਰ ਬਾਹਰ ਤੇ ਲੰਗਰ ਚੱਲ ਰਿਹਾ ਜੀ ਜੇ ਵੀ ਕਿਸੇ ਵੀ ਨੂੰ ਲੋੜ ਹੋਵੇ ਤਾਂ ਲੰਗਰ ਉੱਥੇ ਬਾਬਿਆਂ ਦਰਬਾਰ ਤੇ ਛਕ ਸਕਦਾ ਲੰਗਰ ਤੁਸੀਂ YFC ਕਬੱਡੀ ਕਲੱਬ ਰੁੜਕਾ ਕਲਾ ਤੇ ਧਨੌਲਾ ਕਬੱਡੀ ਕਲੱਬ ਮਾਲਵਾ ਤੇ ਦੁਆਬਾ ਦੋਵੇਂ ਟੀਮਾਂ ਨੂੰ ਬੇਨਤੀ ਕਰਦੇ ਹੋ YFC ਕਬੱਡੀ ਕਲੱਬ ਰੁੜਕਾ ਕਲਾ ਤੇ ਧਨੌਲਾ ਕਬੱਡੀ ਕਲੱਬ ਪਹਿਲਾ ਮੈਚ ਦੂਜਾ ਕਲੱਬ ਦਾ ਮੈਚ ਹੈ ਧੰਨ ਧੰਨ ਬਾਬਾ ਫਸਲ ਕਬੱਡੀ ਕਲੱਬ ਥਾਬਲਕੇ ਵਰਸਸ ਧੰਨ ਧੰਨ ਬਾਬਾ ਕਾਂਧਾ ਕਬੱਡੀ ਕਲੱਬ ਕਾਲਾ ਸੰਘਾ ਇਹ ਵੀ ਕਲੱਬਾਂ ਦੋਨੋਂ ਤਿਆਰ ਰਹਿਣ ਲਓ ਜੀ ਹੁਣ 15 ਮਿੰਟ ਦੀ ਖੇਡ ਬਾਕੀ ਆ ਕਹਿੰਦੇ 10 ਮਿੰਟ ਦੀ ਖੇਡ ਹੋ ਚੁੱਕੀ ਆ ਪਾਸੇ ਜਿਹੜੇ ਬਦਲ ਗਏ ਆ ਲਓ ਕਬੱਡੀ ਪੈ ਗਈ ਆ ਬੱਦੋ ਵਾਲੀਆ ਸ਼ੇਰੂ ਕਹਿੰਦੇ ਬੱਦੋ ਵਾਲੀਆ ਵਿੱਚ ਕਾਲਾ ਸਿਆ ਅਲਟੋ ਕਾਰਾਂ ਦਿੱਤੀਆਂ ਜਾਂਦੀਆਂ ਉਸੇ ਬੰਦਾ ਆ ਨੌਜਵਾਨ ਹੈ ਤੇ ਇਧਰ ਲੰਬੜ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਜਿਆ ਹੋਇਆ ਲੈ ਵੀ ਬਿੰਦੂ ਸਿਆ ਕਰ ਲੈ ਤਿਆਰੀ ਆ ਗਿਆ ਨੌਜਵਾਨ ਲੰਬੜ ਪਹਿਲਾਂ ਵੀ ਤਗੜੇ ਜੱਫੇ ਲੱਗੇ ਆ ਤੇ ਹੁਣ ਵੀ ਵੇਖਾਂਗੇ ਕੋਈ ਜੱਫਾ ਤਕੜਾ ਲੱਗੂਗਾ ਜਾਂ ਰੇਡਰ ਆਪਣੀ ਟੀਮ ਦੇ ਲਈ ਨੰਬਰ ਜੋੜੇਗਾ ਇੱਕ ਪਾਸੇ ਕਾਂਤਾ ਤੇ ਪਿੰਦੂ ਸੀਚੇ ਆ ਵਾਹ ਬਈ ਵਾਹ ਉੱਠੋ ਨੌਜਵਾਨਾਂ ਵਧੀਆ ਕੋਸ਼ਿਸ਼ ਕੀਤੀ ਸੀ ਨੌਜਵਾਨ ਨੇ ਕਾਮਯਾਬ ਨਹੀਂ ਹੋਇਆ ਗੱਲ ਵੱਖਰੀ ਹੈ ਤੇ ਇਹਦੇ ਪਾਸੇ ਮੈਂ ਵੇਖਦਾ ਵੀ ਸਤਵੀਰ ਲਓ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਤੇ ਬੋਲਦਾ ਗਿਆ ਧਾਵਾ ਕਿ ਆਪਣੇ ਸ਼ੌਂਕ ਨਾਲ ਪੰਜਾਬੀਆਂ ਨੂੰ ਪਿਆਰ ਗਾਢਾ ਜਿਵੇਂ ਸਾਗ ਸਾਤ ਮੱਕੀ ਦੀ ਰੋਟੀ ਦਾ ਮੱਖਣ ਸਾਗਦਾ ਏ ਪੰਜ ਦਰਿਆਵਾਂ ਦੀ ਗੋਦ ਵਿੱਚ ਇਹ ਖੇਡ ਵਾਹ ਇਧਰ ਸ਼ੇਰਾ ਕਾਲੇ ਸੰਗਿਆ ਵਾਲਾ ਡਬਲ ਟੱਚ ਦਾ ਇਸ਼ਾਰਾ ਇਸ ਵੇਲੇ ਪੁਆਇੰਟ ਕਹਿੰਦੇ ਵੀ ਮਨੀ ਨੌਜਵਾਨ ਦੇ ਹਿੱਸੇ ਹੈ ਦਰਬਾਰਾ ਕਬੱਡੀ ਕਲੱਬ ਦੇ ਹਿੱਸੇ ਇੱਕ ਨੰਬਰ ਦਾ ਵਾਧਾ ਜਿਹੜਾ ਹੋ ਚੁੱਕਾ ਹੈ ਅਗਲੀ ਕਬੱਡੀ ਲਓ ਫਿਰ ਢੋਲਕੀ ਦੀ ਕਾਲੇ ਸੰਧਿਆ ਵਾਲਾ ਸੋਪੀ ਕੋਟ ਕਲਾਂ ਦੀ ਧਰਤੀ ਦਾ ਵਾਜਵਾ ਬੜਾ ਤੇਜ਼ ਖਿਡਾਰੀ ਹੈ ਪੈਰਾਂ ਦਾ ਛੋਲਾ ਪੱਬਾ ਪੱਬਾ ਦਾ ਛੋਲਾ ਖਿਡਾਰੀ ਇਸ ਵੇਲੇ ਇੱਕ ਨੰਬਰ ਦਾ ਹੋਰ ਵਾਧਾ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਲਓ ਜੀ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੰਬਰ ਦੀ ਪਾਈ ਹੋਈ ਕਬੱਡੀ ਤੇ ਆਹ ਵੇਖੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੀਪੋ
ਵਾਲੀ ਆ ਮਨੀ ਮਨੀ ਨੇ ਕੋਸ਼ਿਸ਼ ਕੀਤੀ ਸੀ ਨਹੀਂ ਕਾਮਯਾਬ ਹੋਇਆ ਪੁਆਇੰਟ ਉਸ ਵੇਲੇ ਫਿਰ ਮੈਦਾਨ ਦੇ ਵਿੱਚ ਫਿਰ ਬੱਬੂ ਸੈਦੋ ਵਾਲੀ ਆ ਅਗਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਫਿਰ ਲੰਬੜ ਨੌਜਵਾਨ ਦੀ ਲੰਬੜ ਦੇ ਵੱਲੋਂ ਪਾਈ ਹੋਈ ਕਬੱਡੀ ਆ ਹੁਣ ਮੈਂ ਵੇਖਦਾ ਵੀ ਗੁੱਗੂ ਬੜੀ ਬੜੀ ਆ ਵਾਹ ਗੁੱਗੂ ਸਾ ਆਹ ਵੇਖੋ ਸਾਹਮਣੇ ਆਹ ਜਿਹੜਾ ਦਾ ਬੋਬੀ ਬੜੀ ਬੂਟਾ ਤਲਵੜੀਆਂ ਲਾਉਂਦਾ ਹੁੰਦਾ ਸੀ ਇਸ ਆਹ ਜਿਹੜਾ ਦਾ ਗੁੱਟ ਨੂੰ ਕੈਂਚੀ ਲਾ ਕੇ ਤੇ ਘੁੰਮ ਜਾਣਾ ਨਾਲ ਹੀ ਰੇਡਰ ਨੂੰ ਘੁਮਾ ਲੈਣਾ ਕਾਮਯਾਬ ਨਹੀਂ ਹੋਇਆ ਬੜੇ ਬੜੀ ਗੁੱਗੂ ਤੇ ਪੁਆਇੰਟ ਉਸ ਵੇਲੇ ਢਾਬੀ ਦੇ ਲਈ ਤੇ ਅਗਲੀ ਕਬੱਡੀ ਪਾਉਣ ਦੇ ਲਈ ਸ਼ੇਰੂ ਦਾ ਉੱਪਰ ਤੋਂ ਵੱਲ ਦੀ ਧਰਤੀ ਦਾ ਫਿਰ ਖੇਡ ਮੈਦਾਨ ਦੇ ਵਿੱਚ ਵੰਡਿਆ ਹੋਇਆ ਚਾਰ ਖਿਡਾਰੀ ਥਾਪੀਆਂ ਮਾਰਦੇ ਆ ਲੈ ਵੀ ਪ੍ਰਦੀਪ ਸਿਆ ਕਾਰੀ ਪਿੰਡ ਕਹਿੰਦੇ ਨੇ ਮਸ਼ਹੂਰ ਕੀਤਾ ਕਾਕੇ ਨੇ ਕਦੇ ਕਹਿੰਦੇ ਵੀ ਪਾਲੇ ਨੇ ਸਾਰੀ ਪਿੰਡ ਮਸ਼ਹੂਰ ਕੀਤਾ ਕਈ ਖਿਡਾਰੀ ਤਕੜੇ ਪੈਦਾ ਹੋਏ ਆ ਸੋ ਅੱਜ ਕਹਿੰਦੇ ਵੀ ਉੱਚੇ ਨਗਰ ਦਾ ਇਹ ਖਿਡਾਰੀ ਹੈ ਪਰ ਪਾਇਆ ਸ਼ੇਰੂ ਅਗਲੀ ਕਬੱਡੀ ਪਾਉਣ ਦੇ ਲਈ ਮਨੀ ਆਹ ਸਾਹਮਣੇ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਵਾਹ ਜੀ ਵਾਹ ਪਿੰਦੂ ਸੀਚੇ ਬਾਲ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਡੱਕਣ ਦੀ ਹਲਕੀ ਜੀ ਝਗਾਨੀ ਦਿੱਤੀ ਆ ਵੇਖੋ ਸਾਹਮਣੇ ਉੱਥੇ ਪੈਰ ਆਹ ਲੱਤਾਂ ਨੂੰ ਚੁੰਬੜਦਾ ਹੋਇਆ ਲੱਕ ਨੂੰ ਲਪੇਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਕਾਮਯਾਬ ਨਹੀਂ ਹੋਇਆ ਪੁਆਇੰਟ ਉਸ ਵੇਲੇ ਲਓ ਮਨੀ ਖੇਡ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲਓ ਸੁਖਵੀਰ ਫਿਰ ਵਧਿਆ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਸਾਡੇ ਮੇਜਰ ਪ੍ਰਧਾਨ ਜੀ ਵੀ ਪਹੁੰਚ ਗਏ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਮਾਹੌਲ ਸਾਹਿਬ ਪ੍ਰਧਾਨ ਮੇਜਰ ਸਿੰਘ ਬਿੰਦੂ ਬੜਾ ਵਧੀਆ ਕਬੱਡੀ ਦਾ ਖਿਡਾਰੀ ਆ ਫੌਜੀ ਵਰਗੇ ਤਗੜਾ ਖੇਡਦੇ ਸ਼ੀਰੂ ਵਰਗੇ ਨੰਨੇ ਨੇ ਵੀ ਕੱਲ੍ਹ ਬੱਲੇ ਬੱਲੇ ਕਰਾਈ ਆ ਪਰ ਇਹਦੇ ਪਾਸੇ ਸੁਖਵੀਰ ਲਓ ਥਾਬਲਕੇ ਵਾਲਾ ਆਪਣੀ ਟੀਮ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਚਾਰ ਵੇ ਲੰਬੜਾ ਪਾ ਕਬੱਡੀ ਲੰਬੜ ਚਾਰ ਜਾਪੀਆ ਰਾਜਵੀਰ ਵੀ ਬੈਠਾ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਚੱਲ ਬਈ ਪੁਆਇੰਟ ਉਸ ਵੇਲੇ ਲੰਬੜ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਬਾਈ ਅੱਛੀ ਰੁੜਕਾ ਕਲਾ ਤਨੌਲਾ ਕਬੱਡੀ ਕਲੱਬ ਧੰਨ ਬਾਬਾ ਫਰੋਕ ਕਬੱਡੀ ਕਲੱਬ ਥਾਬਲਕੇ ਵਰਸਸ ਧੰਨ ਧੰਨ ਬਾਬਾ ਕਾਂਦਸ ਕਬੱਡੀ ਕਲੱਬ ਕਾਲਾ ਸੰਘਾ ਦੂਜਾ ਮੈਚ ਹੈ ਪਹਿਲਾ ਮੈਚ ਹੈ ਬਾਈ ਐਫਸੀ ਕਬੱਡੀ ਕਲੱਬ ਰੁੜਕਾ ਕਲਾ ਵਰਸਸ ਧਨੌਲਾ ਕਬੱਡੀ ਕਲੱਬ ਦੂਜਾ ਮੈਚ ਧੰਨ ਧੰਨ ਬਾਬਾ ਫਰੋਕ ਕਬੱਡੀ ਕਲੱਬ ਥਾਬਲਕੇ ਵਰਸਸ ਧੰਨ ਧੰਨ ਬਾਬਾ ਕਾਂਦਸ ਕਬੱਡੀ ਕਲੱਬ ਕਾਲਾ ਸੰਘਾ ਤੀਜਾ ਕਲਾਸਾ ਮੈਚ ਹੈ ਬਾਬਾ ਆਨੰਦ ਸਿੰਘ ਜੀ ਕਬੱਡੀ ਕਲੱਬ ਨਾਨਕਸਰ ਵਰਸਸ ਗੁਰੂ ਨਾਨਕ ਕਬੱਡੀ ਕਲੱਬ ਮਿੱਤਰਾਂ ਚੌਥਾ ਖਾਲਸਾ ਕਬੱਡੀ ਕਲੱਬ ਮਾਝਾ ਗੁਰਦਾਸਪੁਰ ਵਰਸਸ ਅਜੀਤ ਸਿੰਘ ਚਿੱਟੀ ਯੂਥ ਕਬੱਡੀ ਕਲੱਬ ਕੈਨੇਡਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਆ ਗਿਆ ਲਓ ਜੀ ਪਹਿਲਾ ਬੱਬੂ ਸੋਰੀ ਢੋਲਕੀ ਢੋਲਕੀ ਨੰਬਰ ਲੈ ਕੇ ਵਾਪਸ ਵਰਤਿਆ ਤੇ ਹੁਣ ਅਗਲੀ ਕਬੱਡੀ ਪਾਉਣ ਦੇ ਲਈ ਮੈਂ ਵਿਕਦਾ ਵੀ ਲੰਬੜ ਫਿਰ ਖੇਡ ਮੈਦਾਨ ਕਾਂਤਾ ਪਾਸੇ ਦੀ ਧਰਤੀ ਦਾ ਵਾਹ ਮੁੰਡਾ ਕਹਿੰਦੇ ਵੀ ਬਿਹਤਰੀਨ ਖਿਡਾਰੀ ਹੈ ਪਰ ਥੋੜ੍ਹੀ ਜਿਹੀ ਸੱਟ ਲੱਗਣ ਕਾਰਨ ਖੇਡ ਮੈਦਾਨ ਤੋਂ ਥੋੜ੍ਹਾ ਦੂਰ ਪਰ ਫਿਰ ਸਿਹਤਯਾਬ ਹੋ ਕੇ ਪਹਿਲਾਂ ਦੀ ਤਰ੍ਹਾਂ ਕਬੱਡੀਆਂ ਖੇਡ ਮੈਦਾਨ ਦੇ ਵਿੱਚ ਪਾਉਣ ਲੱਗ ਪਿਆ ਤੇ ਅਗਲੀ ਕਬੱਡੀ ਪਾਉਣ ਦੇ ਲਈ ਮੈਂ ਵੇਖਦਾ ਵੀ ਸਾਹਮਣੇ ਸਤਵੀਰ ਵਧਿਆ ਹੋਇਆ ਉੱਧਰ ਸਾਡੇ ਬੱਲਾ ਜੀ ਕਾਨਾ ਢੇਸਿਆਂ ਵਾਲੇ ਭਵਾਨ ਜੀ ਪੁੱਜੇ ਹੋਏ ਆ ਆਪਾਂ ਧੰਨਵਾਦ ਕਰਦੇ ਹਾਂ ਪਾਸੇ ਵਾਲਾ ਪੱਪੂ ਜੋੜਾ ਕਹਿੰਦੇ ਵੀ ਗੁਰਜਾ ਕੇਵਲ ਕਲਵਿੰਦਰ ਮਜਾਇਲ ਕਹਿੰਦੇ ਵੀ ਬਿਹਤਰੀਨ ਜਿਹਨਾਂ ਨੇ ਨਾਮ ਰੋਸ਼ਨ ਕੀਤਾ ਮੀਕੇ ਵਰਗੇ ਬਿੱਲੀ ਵਰਗੇ ਆਪਾਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਤੇ ਇਹਦੇ ਪਾਸੇ ਸਤਵੀਰ ਲਓ ਥਾਬਲ ਕੇ ਬਣਦਾ ਇੱਕ ਵਾਰੀ ਫਿਰ ਨੰਬਰ ਲੈ ਕੇ ਆਪਣੀ ਟੀਮ ਦੇ ਖਾਤੇ ਵਿੱਚ ਇੱਕ ਹੋਰ ਅੰਕ ਜੋੜਦਾ ਹੋਇਆ ਕਿ ਖਾ ਕੇ ਖੁਰਾਕ ਚੰਗੀ ਮਿਹਨਤ ਵੀ ਲਾਈ ਹੋਵੇ ਜੱਤਾ ਕੋਈ ਲੱਗੇ ਨਾ ਤੇ ਫੇਰ ਦੁੱਖ ਹੁੰਦਾ ਏ ਢਾਵੀ ਹੋਵੇ ਚੰਡਿਆ ਚੰਗੇ ਕਿਸੇ ਕੋਚ ਦਾ
ਹੱਥ ਲਾ ਕੇ ਭੱਜੇ ਨਾ ਤੇ ਫੇਰ ਦਿਖਾਉਂਦਾ ਏ ਸਾਊਂਡ ਦੀ ਮਸ਼ਹੂਰੀ ਹੋਵੇ ਪੂਰੇ ਇਲਾਕੇ ਵਿੱਚ ਉਹ ਬੱਦਲ ਵਾਂਗੂ ਗੱਜੇ ਤਾਂ ਫੇਰ ਦਿਖਾਉਂਦਾ ਏ ਸੋਹਣਾ ਪ੍ਰਬੰਧ ਵੱਡੇ ਰੱਖੇ ਜੇ ਇਨਾਮ ਹੋਣ ਮੈਦਾਨ ਖਿਡਾਰੀਆਂ ਦੇ ਨਾਲ ਸੱਜੇ ਨਾ ਤੇ ਫੇਰ ਦਿਖਾਉਂਦਾ ਏ ਸੈਮੀ ਫਾਈਨਲ ਜਾਂ ਫਾਈਨਲ ਮੈਚ ਹੋਵੇ ਭਜਾਉਣ ਵਾਲਿਆ ਮੈਚ ਖੜਕ ਕੇ ਲੱਗਿਆ ਤੇ ਫੇਰ ਦਿਖਾਉਂਦਾ ਲਓ ਸਾਹਮਣੇ ਮੈਂ ਵੇਖਦਾ ਵੀ ਫਿਰ ਅਗਲੀ ਕਬੱਡੀ ਜਿਹੜੀ ਆ ਸਤਵੀਰ ਦੀ ਵਾ ਵਾਹ ਸ਼ੇਰਾ ਨਹੀਂ ਕਾਮਯਾਬ ਹੋਇਆ ਕਾਲੀ ਸਿੰਘਾ ਵਾਲਾ ਪੁਆਇੰਟ ਜਿਹੜਾ ਮੈਂ ਵੇਖਦਾ ਵੀ ਸਤਵੀਰ ਥਾਬਲ ਕੇ ਬੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਬੱਦੂ ਵਾਲੀ ਮਣੀ ਵੀ ਪੁੱਜਿਆ ਹੋਇਆ ਸ਼ੇਰੇ ਦੇ ਨਾਲ ਚੰਗੇ ਵੱਡਾ ਪਿਆਰ ਹੈ ਤੇ ਉਧਰ ਮਣੀ ਵੀ ਪਾਈ ਹੋਈ ਕਬੱਡੀ ਆਹ ਰਾਜਵੀਰ ਸਿੰਘ ਉੱਠਿਆ ਨੌਜਵਾਨ ਆ ਕਰ ਲਿਆ ਕਾਬੂ ਵਾਹ ਨੌਜਵਾਨ ਕਿਵੇਂ ਸਰ ਨੂੰ ਕੜਾਹੇ ਵਿੱਚ ਲੈ ਲਿਆ ਆਪਣਾ ਪਿਆਰਾ ਜਾਣ ਕੇ ਐਨ ਘੁੱਟ ਕੇ ਕਲੇਬੀ ਨਾਲ ਲਾਉਂਦਾ ਹੋਇਆ ਇਸ ਵੇਲੇ ਕਾਮਯਾਬੀ ਜਿਹੜੀ ਹੈ ਇਸ ਗੱਭਰੂ ਦੇ ਕਦਮ ਚੁੱਕਦੀ ਹੋਈ ਕਿ ਮਿੱਟੀ ਤੇਰੇ ਕਦਮਾਂ ਦੀ ਮੈਂ ਚੁੱਕ ਮੱਥੇ ਨੂੰ ਲਾਵਾਂ ਲਓ ਜੀ ਸਾਹਮਣੇ ਵਾਹ ਹਨੀ ਖੇਡ ਮੈਦਾਨ ਦੇ ਵਿੱਚ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਚੱਲੋ ਨੌਜਵਾਨਾਂ ਚੱਲੋ ਵਧੀਆ ਪਾ ਕਬੱਡੀ ਇਸ ਵੇਲੇ ਸਤਵੀਰ ਮੈਂ ਵੇਖਦਾ ਵੀ ਖੇਡ ਮੈਦਾਨ ਦੇ ਵਿੱਚ ਫਿਰ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਉਧਰ ਸਾਡੇ ਚਾਚਾ ਜੀ ਵੀ ਵਧੇ ਹੋਏ ਆ ਲਖਨ ਕੇ ਪੱਡਿਆਂ ਵਾਲੀ ਘੁੰਮਣ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੇ ਚਾਚਾ ਜੀ ਦਾ ਲਖਨ ਕੇ ਪੱਡਾ ਪਿੰਡ ਕਹਿੰਦੇ ਵੀ ਬੜਾ ਤਕੜਾ ਨਗਰ ਹੈ ਕਬੱਡੀ ਖਿਡਾਰੀਆਂ ਸੁੱਖੀ ਵਰਗੀ ਕਹਿੰਦੇ ਚਿੱਦੀ ਵਰਗੀ ਇਹ ਲੱਗ ਗਿਆ ਚਾਚਾ ਜੀ ਦਲੇਰ ਵੀ ਹੁੰਦਾ ਸੀ ਲਖਨ ਕੇ ਪੱਡਿਆਂ ਵਾਲਾ ਦੁਬਈ ਮੇਰੇ ਖਿਆਲ ਜਾ ਵਸਿਆ ਬੜਾ ਤਕੜਾ ਕਬੱਡੀ ਤੇਰੇ ਨਾਲ ਬਹੁਤ ਜੋੜੀ ਕਬੱਡੀ ਤੁਸੀਂ ਕੀਤੀ ਉਹ ਵੀ ਦੁਬਈ ਜਾ ਵਸਿਆ ਬੜੀ ਤਕੜੀ ਕਬੱਡੀ ਖੇਡੀ ਕਹਿੰਦੇ ਉਹ ਸਭ ਤੋਂ ਬੜਾ ਪ੍ਰਸਿੱਧ ਹੁੰਦਾ ਸੀ ਬਹੁਤ ਬਹੁਤ ਧੰਨਵਾਦ ਲਓ ਉਹਦੇ ਪਾਸੇ ਫਿਰ ਅਗਲੀ ਕਬੱਡੀ ਵਾਹ ਲੰਬੜ ਲੰਬੜ ਜਿਹਦੇ ਵੱਲ ਗੁੱਗੂ ਬੜੇ ਪਿੰਡ ਵਾਲਾ ਪਰ ਕਾਮਯਾਬ ਨਹੀਂ ਹੋਇਆ ਪੁਆਇੰਟ ਇਸ ਲਈ ਫਿਰ ਲੰਬੜ ਲਾਲ ਸਿੰਘ ਦੀ ਜੋਰ ਹੋਈ ਜਿਹਨੂੰ 100 ਰੁਪਇਆ ਜੀ ਕਿਹਦੇ ਲਈ ਜੀ ਬੀਰੀ ਵਾਸਤੇ ਅੱਛਾ ਬੀਰ ਵਾਸਤੇ ਲਾਲ ਸਿੰਘ ਦੀ ਪੰਚ ਵੱਲੋਂ ਲਾਲ ਸਿੰਘ ਦੀ ਪੰਚ ਸਾਹਿਬ ਵੱਲੋਂ ਲੈ ਵੀ ਵੀਰ ਸਾਹਿਬ ਜਾਣ ਲੱਗਾ ਸਟੇਜ ਤੋਂ ਬਰਾਬਰ ਕਹਿੰਦੇ ਤੇਰੇ ਵਾਸਤੇ ਆਇਆ ਤੇ ਇਧਰ ਖੇਡ ਮੈਦਾਨ ਦੇ ਵਿੱਚ ਫਿਰ ਢੋਲਕੀ ਅਗਲੀ ਕਬੱਡੀ ਪਾਉਂਦਾ ਹੋਇਆ ਕਾਲੇ ਸੱਜਿਆਂ ਦੀ ਧਰਤੀ ਦਾ ਮੂੰਹ ਛੋਟ ਗੱਭਰੂ ਹੈ ਉਹਦੇ ਪਾਸੇ ਪ੍ਰਦੀਪ ਨੌਜਵਾਨ ਲਾਓ ਕਾਰੀ ਪਿੰਡ ਜਿਹੜਾ ਹੁਸ਼ਿਆਰਪੁਰ ਪੰਜ ਦਿੱਤੇ ਵਾਲੇ ਮਹਿੰਦਰ ਬੋਰੇ ਦਾ ਵਾਰਸ ਪਰ ਕਾਮਯਾਬ ਨਹੀਂ ਹੋਇਆ ਤੇ ਆ ਲਓ ਸਾਹਮਣੇ ਪੁਆਇੰਟ ਜਿਹੜਾ ਖੇਡ ਮੈਦਾਨ ਦੇ ਵਿੱਚ ਢੋਲਕੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਓਪਨ ਦੀਆਂ ਟੀਮਾਂ ਸੱਦੋ ਜੀ ਓਪਨ ਦੀਆਂ ਘਨੌਲਾ ਕਬੱਡੀ ਕਲੱਬ ਵਰਸੇ ਬਾਈ ਅਫਸੀ ਰੁੜਕਾ ਕਲੱਬ ਬੁਲੀ ਵੀਰ ਨੂੰ ਬੇਨਤੀ ਆ ਵੀ ਆਪਣੀ ਟੀਮ ਨੂੰ ਲੈ ਕੇ ਪਹੁੰਚੇ ਵੀ ਦੂਜੇ ਪਾਸੇ ਵਾਈ ਅਫਸੀ ਘਨੌਲਾ ਕਬੱਡੀ ਕਲੱਬ ਵਾਈ ਅਫਸੀ ਰੁੜਕਾ ਦੇ ਨਾਲ ਪਹਿਲਾ ਮੁਕਾਬਲਾ ਓਪਨ ਕਲੱਬ ਖੇਡੇਗੀ ਲਾਓ ਪਿੰਡ ਸੀਚੇ ਵਾਲੀਆ ਵਾਹ ਕਾਮਯਾਬ ਨਹੀਂ ਹੋਇਆ ਤੇ ਪੁਆਇੰਟ ਆਫ ਵੀ ਰੇਡਰ ਦੇ ਹਿੱਸੇ ਆ ਮਨੀ ਨੌਜਵਾਨ ਦੇ ਹਿੱਸੇ ਆ ਇੱਕ ਨੰਬਰ ਦਾ ਹੋਰ ਵਾਧਾ ਜਿਹੜਾ ਹੋ ਚੁੱਕਾ ਅਗਲੀ ਕਬੱਡੀ ਸਤਵੀਰ ਨੌਜਵਾਨ ਦੀ ਚਲੋ
ਲਾ ਜੀ ਸਾਹਮਣੇ ਢੋਲਕੀ ਫਿਰ ਪਾਉਂਦਾ ਹੋਇਆ ਕਬੱਡੀ ਸਿੱਪੀ ਕੋਟ ਗਲਾਂ ਦੀ ਧਰਤੀ ਦਾ ਵਾਹ ਜੀ ਵਾਹ ਹੁਣ ਦੇਖਦੇ ਆ ਐਨ ਕਹਿੰਦੇ ਉਹ ਸੰਧਿਆ ਦੇ ਕੋਲ ਜਾ ਕੇ ਥੋੜਾ ਜਿਹਾ ਸੰਘਰਸ਼ ਕਰ ਰਿਹਾ ਸੀ ਪਰ ਕਾਮਯਾਬ ਨਹੀਂ ਹੋਇਆ ਪੁਆਇੰਟ ਇਸ ਵੇਲੇ ਧਾਬੀ ਦੇ ਲਈ ਇੱਕ ਨੰਬਰ ਦਾ ਹੋਰ ਵਾਧਾ ਹੋ ਗਿਆ ਓਪਨ ਕਲੱਬਾਂ ਵੱਡੀਆਂ ਕਲੱਬਾਂ ਵਾਲੇ ਮੈਚ ਹੱਸ ਗਈ ਆ ਕੁੰਡੀਆਂ ਹਾਂ ਵੀ ਥੋੜੇ ਜਿਹੇ ਇਕੱਠੇ ਜਿਹੇ ਹੋ ਜਾਓ ਮੇਰੇ ਵੀਰੋ ਸਾਈਡ ਵੀ ਹੋ ਜਾਓ ਲਾਓ ਮੈਂ ਵੇਖਦਾ ਵੀ ਉਧਰ ਇਸ ਵੇਲੇ ਨੰਬਰ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਤੇ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਸੁਖਬੀਰ ਫਿਰ ਵਧਿਆ ਹੋਇਆ ਬਾਬਾ ਦੇ ਦਰਬਾਰ ਤੇ ਲੰਗਰ ਚਾਲੂ ਹੋ ਗਿਆ ਹੈ ਤੇ ਜਲੇਬੀਆਂ ਦੀ ਸੇਵਾ ਜਲੇਬੀਆਂ ਵੀ ਚੱਲ ਰਹੀਆਂ ਗੁਰਪਾਲ ਸਿੰਘ ਇਟਲੀ ਦੋ ਤਰਾ ਕਾਮਰੇਡ ਬੰਤਾ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਜਲੇਬੀਆਂ ਦਾ ਲੰਗਰ ਵੀ ਚੱਲ ਰਿਹਾ ਹੈ ਬਾਬਿਆਂ ਦੇ ਦਰਬਾਰ ਤੇ ਥਾਬਲਕੇ ਵਾਲਾ ਸੁਖਬੀਰ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਜਿਹੜੀ ਕਬੱਡੀ ਆ ਮੈਂ ਵੇਖਦਾ ਵੀ ਸਾਹਮਣੇ ਨੰਬਰ ਫਿਰ ਪਾਉਣ ਦੇ ਲਈ ਵਧੀਆ ਹੋਇਆ ਕਾਰੀ ਆ ਪਿੰਡ ਇਸ ਨੌਜਵਾਨ ਦਾ ਕਿਆ ਬਾਤ ਹੈ ਕਾਰੀ ਦੇ ਬਿਹਤਰੀਨ ਖਿਡਾਰੀ ਕਹਿੰਦੇ ਅੱਜ ਵੀ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਾਉਂਦੇ ਆ ਤੇ ਉੱਧਰ ਰਾਜਵੀਰ ਨੇ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਇਆ ਤੇ ਪੁਆਇੰਟ ਇਸ ਵੇਲੇ ਮੈਂ ਵੇਖਦਾ ਵੀ ਲੰਬੜ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਜੀ ਅਗਲੀ ਕਬੱਡੀ ਢੋਲਕੀ ਉੱਧਰ ਅਮਨਜੀਤ ਦੁੱਗਾ ਵਾਲੇ ਵੀ ਸਾਡੇ ਪਹੁੰਚ ਗਏ ਵੀਰ ਬਹੁਤ ਬਹੁਤ ਧੰਨਵਾਦ ਅੱਜ ਕਹਿੰਦੇ ਬਹੁਤ ਤਕੜੇ ਮੁਕਾਬਲੇ ਜਿਹੜੇ ਓਪਨ ਕਲੱਬਾਂ ਦੇ ਲਓ ਗੁਰਵਿੰਦਰ ਮਾੜੀ ਤੇ ਉੱਧਰ ਢੋਲਕੀ ਦਾ ਮੁਕਾਬਲਾ ਉਸ ਵੇਲੇ ਜੇ ਮਾੜੀ ਕਾਮਯਾਬ ਹੋ ਗਿਆ 500 ਦਾ ਜਫਾ ਬੋਲੀ ਕਹਿੰਦਾ ਲੰਬਰ ਲਓ ਖੇਡ ਮੈਦਾਨ ਦੇ ਵਿੱਚ ਫਿਰ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਲੰਬਰ ਖਤਮ ਜੀ ਲਓ ਜੀ ਇਹਦੇ ਨਾਲ ਹੀ ਮੈਚ ਦਾ ਸਮਾਂ ਜਿਹੜਾ ਸਮਾਪਤ ਹੋ ਗਿਆ ਹਾਂਜੀ ਕਹਿੰਦੇ 70 ਸਾਲ ਦੀ ਉਮਰ ਹੈ 100 ਡੰਡ ਮਾਨੇ ਆ ਗਏ ਪੁਆਇੰਟ ਹਾਂਜੀ ਬਾਬਾ ਬਸਾਊ ਕਬੱਡੀ ਕਲੱਬ ਥਾਬਲਕੇ ਦੀ ਟੀਮ ਜੇਤੂ ਹੈ ਨੋਟ ਕਰ ਲਓ ਰਿੰਕੇ ਭਾਜੀ ਗੱਲ ਸੁਣੋ ਇੱਧਰ ਵੀਰੀ ਵੀਰੀ ਉਹ ਪੈਸੇ ਲੈ ਜੀ ਵੀਰੀ ਆਪਣੇ